ਕਿੱਥੇ ਰਹਿੰਦੇ ਆ ਇੱਥੇ ਰਹਿੰਦੇ ਆ ਆਪਣੇ ਸਾਹਮਣੇ ਇਹਨਾਂ ਦੇ ਕਿੱਥੇ ਜੀ ਆਹ ਘਰ ਕੀ ਐਡਰੈਸ ਕੀ ਇਹ 35/14 ਹਾਂਜੀ ਕੀ ਗੱਲ ਹੋਈ ਸੀ ਅੱਜ ਸਾਰੀ ਜਿਹੜੀ ਗੱਲ ਤਾਂ ਪਤਾ ਮਾੜੀ ਪੱਟੀ ਸਵੇਰੇ ਉਹੀ ਬੋਲੀ ਸੀ ਥੋੜ੍ਹਾ ਜਿਹਾ ਕੁਛ ਮਤਲਬ ਉਹਨਾਂ ਨੂੰ ਕਹਿ ਰਹੀ ਤੂੰ ਲੰਗੜੀ ਆ ਲੰਗੜੀ ਹੋ ਕੇ ਬੈਠਣ ਲੰਗੜੀਆਂ ਲੈ ਕੇ ਬੈਠੀ ਰਹਿੰਦੀ ਬੁੱਢੀਆਂ ਇਸ ਤੋਂ ਬਾਅਦ ਇਹ ਤਾਂ ਬੋਲੀ ਨਹੀਂ ਪਹਿਲਾਂ ਤੇ ਉਹ ਫਿਰ ਵਾ ਕਾਫੀ ਬੋਲਦੀ ਰਹੀ ਹੁਣ ਅੱਜ ਕੀ ਗੱਲ ਹੋਈ ਸੀ ਕਿ ਮੁੰਡੇ ਆਏ ਕੋਈ ਗੁਲੀ ਗੁਲੀ ਚੱਲਣ ਦੀ ਵੀ ਗੱਲ ਹੋ ਰਹੀ ਹੈ ਕੀ ਗੱਲ ਹੋਈ ਸੀ ਤੁਸੀਂ ਦੇਖਿਆ ਹਾਂ ਬਾਰ ਗੋਨਰ ਤੋਂ ਫਾਇਰਿੰਗ ਕੀਤੀ ਉਹ ਚੌਂਕ ਦੇ ਵਿੱਚ ਚੌਂਕ ਕਰਦੇ ਇੱਧਰ ਨੂੰ ਆਏ ਆ ਅੱਛਾ ਜੀ ਕਿੰਨੇ ਕੁ ਮੁੰਡੇ ਸੀਗੇ ਤੁਸੀਂ ਦੇਖਿਆ 40-50 ਦੇ ਕਰੀਬ ਸੀ ਤੁਸੀਂ ਕਿੱਥੋਂ ਦੇਖਿਆ ਉਹਨਾਂ ਨੂੰ ਮੁੰਡਿਆਂ ਨੂੰ ਅਸੀਂ ਇੱਥੋਂ ਦੇਖਿਆ ਖੜੇ ਹੋ ਗੇਟ 'ਚ ਠੀਕ ਹੈ ਗੇਟ ਖੋਲ ਕੇ ਦੇਖਿਆ ਵੀ ਕੀ ਉਹ ਰੌਲਾ ਕਿਉਂ ਪੈ ਰਿਹਾ ਤੇ ਕੀ ਉਹਨਾਂ ਦੇ ਹੱਥਾਂ 'ਚ ਹਥਿਆਰ ਵਗੈਰਾ ਸੀਗੇ ਹਾਂਜੀ ਠੀਕ ਕਿੰਨੇ ਫਾਇਰ ਹੋਏ ਟੋਟਲ ਉਹ ਚੌਂਕ 'ਚ ਤਾਂ 4 ਹੀ ਹੋਏ ਆ ਠੀਕ ਹੈ ਤੇ ਅੱਗੇ ਇੱਕ ਅੱਧਾ ਅੱਗੇ ਕਿਤਾ ਇੱਕ ਦੋ ਅੱਗੇ ਕਿਤੇ ਉਹਨਾਂ ਨੇ ਆਏ ਕਿੱਧਰਲੀ ਸਾਈਡ ਤੋਂ ਸੀਗੇ ਉਹ ਪਤਾ ਲੱਗਾ ਕੁਝ ਨਹੀਂ ਰੋ ਇੱਕ ਤਾਂ ਰੇਲਵੇ ਟਰੈਕ ਦਾ ਰਸਤਾ ਵਾ ਇੱਕ ਰੋਡ ਵਾ ਕਿੱਧਰਲੀ ਸਾਈਡ ਤੋਂ ਆਏ ਸੀਗੇ ਇਧਰੋਂ ਆਏ ਰੇਲਵੇ ਰੋਡ ਵੱਲੋਂ ਰੇਲਵੇ ਟਰੈਕ ਵੱਲੋਂ ਆਹ ਮੇਨ ਰੋਡ ਮੇਨ ਰੋਡ ਤੋਂ ਓਕੇ ਲਈ ਜੀ ਅੱਜ ਸਾਰੀ ਦੱਸ ਦਿਓ ਜਿਹੜਾ ਝਗੜਾ ਹੋਇਆ ਅੱਜ ਮੈਨੂੰ ਸ਼ਾਮੀ ਫੋਨ ਆਇਆ ਵੇ ਮੈਂ ਇਸ ਇਲਾਕੇ ਤੋਂ ਕੌਂਸਲਰ ਹਾਂ ਮਨਮੋਹਨ ਸਿੰਘ ਰਾਜੋ ਬਈ ਮੈਡਮ ਸੁਸ਼ਮਾ ਅਤੇ ਜਿਹੜੇ ਨਾਲ ਦੇ ਹੈ ਆਪਣੇ ਇਹਨਾਂ ਕੀ ਨਾਂ ਬਖਸ਼ੀ ਬਖਸ਼ੀ ਜੀ ਇਹਨਾਂ ਦਾ ਆਪਸ 'ਚ ਝਗੜਾ ਹੋਇਆ ਦੋਨਾਂ ਦੇ ਵਿੱਚ ਲੇਕਿਨ ਝਗੜਾ ਕੋਈ ਐਡਾ ਨਹੀਂ ਸੀਗਾ ਵੀ ਇੰਨਾ ਮਤਲਬ ਝਗੜੇ ਨੂੰ ਤੂਲ ਦਿੱਤਾ ਜਾਵੇ ਲੇਕਿਨ ਹੁਣ ਥੋੜ੍ਹੀ ਦੇਰ ਪਹਿਲਾਂ ਘੰਟਾ ਕੁ ਪਹਿਲਾਂ ਪਤਾ ਲੱਗਾ ਵੀ ਇੱਥੇ ਕੁਛ ਬੰਦੇ ਆਏ ਆ 40-50 ਉਹਨਾਂ ਨੇ ਫਾਇਰ ਵੀ ਕੀਤੇ ਹੈ ਅਤੇ ਭੰਨ ਤੋੜ ਵੀ ਕੀਤੀ ਆ ਭੰਨ ਤੋੜ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਜਿਹੜੀ ਉਹਨਾਂ ਨੇ ਭੰਨ ਤੋੜ ਕੀਤੀ ਹੈ ਜਿਹੜਾ ਮਹੱਲੇ ਦਾ ਮਾਹੌਲ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਂ ਨਹੀਂ ਚਾਹੁੰਦਾ ਵੀ ਕੋਈ ਇਹੋ ਜਿਹੀ ਸਾਡੇ ਮਹੱਲੇ ਦੇ ਵਿੱਚ ਅਣਸੁਖਾਵੀਂ ਘਟਨਾ ਹੋਵੇ ਅਸੀਂ ਪੀਸਫੁਲੀ ਮਹੱਲੇ ਦੇ ਵਿੱਚ ਮੇਰੇ ਲੋਕ ਰਹਿ ਰਹੇ ਹਨ ਲੇਕਿਨ ਜਿਨ੍ਹਾਂ ਨੇ ਵੀ ਘਟਨਾ ਕੀਤੀ ਆ ਜੇਕਰ ਫਾਇਰ ਕੀਤੇ ਆ ਤਾਂ ਮੈਂ ਚਾਹੁੰਦਾ ਵੀ ਉਹਨਾਂ ਦੇ ਖਿਲਾਫ਼ ਕਾਨੂੰਨੀ ਜਿਹੜੀ ਕਾਰਵਾਈ ਬਣਦੀ ਉਹ ਹੋਣੀ ਚਾਹੀਦੀ ਆ ਅਤੇ ਉਹਨਾਂ ਦੋਸ਼ੀਆਂ ਦੇ ਖਿਲਾਫ਼ ਪਰਚਾ ਦਰਜ ਕਰਾ ਕੇ ਉਹਨਾਂ ਨੂੰ ਹਰ ਹਿੱਲੇ ਦੇ ਵਿੱਚ ਸਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਜਿਹੜਾ ਪੀਸਫੁਲੀ ਮਾਹੌਲ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਅਤੇ ਮੈਂ ਇਹੀ ਮਤਲਬ ਸਰਕਾਰ ਕੋਲੋਂ CP ਸਾਹਿਬ ਕੋਲੋਂ ਇਹੀ ਆਪਣੀ ਡਿਮਾਂਡ ਰੱਖਾਂਗਾ ਕਿ ਬਿਲਕੁਲ ਪਾਰਦਰਸ਼ਨ ਨਾਲ ਇਹਦੀ ਪੂਰੀ ਤਹਿਕੀਕਤ ਕੀਤੀ ਜਾਵੇ ਜਿਹੜਾ ਵੀ ਕਸੂਰਵਾ ਵਿਅਕਤੀ ਹੈ ਜਿਸਨੇ ਵੀ ਗੋਲੀ ਚਲਾਈ ਇੱਥੇ ਆ ਕੇ ਮਹੱਲੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਆ ਸਾਰੇ ਮਹੱਲਾ ਨਿਵਾਸੀ ਇੱਥੇ ਖੜ੍ਹੇ ਨੇ ਅਤੇ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਜੋ ਵੀ ਬਣਦੀ ਆ ਉਹ ਦਰਜ ਕੀਤੀ ਜਾਵੇ ਕਾਰਨ ਕੀ ਰਿਹਾ ਝਗੜੇ ਦਾ ਝਗੜੇ ਦਾ ਕਾਰਨ ਆਂਡੀਆਂ ਗੁਆਂਢੀਆਂ ਦੇ ਕੋਈ ਬੋਲ ਬਣਾਉਣੇ ਤਾਂ ਗੱਲ ਹੋਈ ਹੋਏਗੀ ਜੀ ਜਿਹਦੇ ਕਾਰਨ ਝਗੜਾ ਹੋਇਆ ਵੇ ਹਲੇ ਉਹ ਤਾਂ ਗੱਲ ਕਲੀਅਰ ਨਹੀਂ ਹੋਈ ਪਰ ਜੋ ਵੀ ਹੋਇਆ ਐਟਲੀਸਟ ਗੋਲੀ ਚਲਾਉਣਾ ਮਹੱਲੇ ਦੇ ਵਿੱਚ ਮੈਂ ਤਾਂ ਕਹਿੰਦਾ ਗਲਤ ਗੱਲ ਹੈ ਜੇ ਝਗੜਾ ਹੋਇਆ ਵੀ ਹੈ ਦੋ ਧਿਰਾਂ ਦੇ ਵਿੱਚ ਆਂਢ ਗੁਆਂਢ ਦੇ ਵਿੱਚ ਉਹ ਆਪਸ 'ਚ ਬੈਠ ਕੇ ਸੁਝਾਅ ਲੈਣਾ ਚਾਹੀਦਾ ਜੇ ਨਹੀਂ ਸੁਲਝਦਾ ਤਾਂ ਕੌਂਸਲ ਸਾਹਿਬ ਕੋਲ ਮੇਰੇ ਕੋਲ ਆ ਕੇ ਕਹਿੰਦੇ ਤਾਂ ਮੈਂ ਸੁਲਝਾ ਦੇਣਾ ਸੀਗਾ ਲੇਕਿਨ ਗੋਲੀ ਚਲਾਉਣੀ ਹੈ ਇਹ ਤਾਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲੀ ਗੱਲ ਹੈ ਜਿਸ ਕਿਸੇ ਨੇ ਵੀ ਗੋਲੀ ਚਲਾਈ ਹੈ ਉਹਦੇ ਖਿਲਾਫ਼ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਹੋਣੀ ਚਾਹੀਦੀ ਕੋਈ CCTV ਵਗੈਰਾ ਸਾਹਮਣੇ ਆਈ ਹਲੇ ਤੱਕ ਤਾਂ ਇਹੋ ਜਿਹੀ ਗੱਲ ਨਹੀਂ ਆਈ ਮਹੱਲਾ ਨਿਵਾਸੀ ਸਾਹਮਣੇ ਖੜ੍ਹੇ ਆ ਮਹੱਲਾ ਨਿਵਾਸੀਆਂ ਦੇ ਕਹਿਣ ਦੇ ਮੁਤਾਬਕ ਹੀ ਵੀ ਉਹਨਾਂ ਨੇ ਗੋਲੀ ਚਲਾਈ ਹੈ ਅਤੇ ਮੇਰੇ ਹਿਸਾਬ ਦੇ ਨਾਲ ਜੇ ਮਹੱਲਾ ਨਿਵਾਸੀ ਇੰਨੀ ਗੱਲ ਕਹਿੰਦੇ ਪਏ ਆ ਤਾਂ ਉਹਦੇ ਵਿੱਚ ਸੱਚਾਈ ਜ਼ਰੂਰ ਹੋਣੀ ਆ ਸਰ ਉਹ ਪਤਾ ਨਹੀਂ ਲੱਗਾ ਕੌਣ ਸੀ ਕਿੱਥੋਂ ਆਏ ਸੀਗੇ ਇਹ ਤਾਂ ਜਿਹੜੀ ਦੂਜੀ ਧਿਰ ਇੱਕ ਦੂਜੇ ਦੇ ਐਲੀਗੇਸ਼ਨ ਲਾ ਰਹੀ ਹੈ ਬਖਸ਼ੀ ਐਂਡ ਸੁਸ਼ਮਾ ਉਹ ਹੀ ਦੱਸ ਸਕਦੇ ਆ ਵੀ ਕਿਹੜੀ ਧਿਰ ਨੇ ਆ ਕੇ ਇੱਥੇ ਗੋਲੀ ਚਲਾਈ ਸੂਤਰਾਂ ਤੋਂ ਪਤਾ ਲੱਗਾ ਕਿ ਇੱਕ ਪਾਰਟੀ ਜਿਹੜੀ ਆ ਸਿਵਲ ਹਸਪੀਟਲ ਦੇ ਵਿੱਚ ਦਾਖਲ ਆ ਅਤੇ ਇੱਕ ਪਾਰਟੀ ਆ ਜਿਹੜੀ ਉਹ ਫਰਾਰ ਹੋਈ ਪਈ ਆ ਫਿਰ ਤੁਹਾਨੂੰ ਕਿਸੇ 'ਤੇ ਸ਼ੱਕ ਆ ਕਿ ਕੌਣ ਗੋਲੀਆਂ ਚਲਾ ਸਕਦਾ ਜਾਂ ਕਿੰਨੇ ਆ ਤੋੜਪੰਨ ਦਾ ਕਾਰਨ ਕੌਣ ਆ ਇਹ ਤਾਂ ਕੋਈ ਵੀ ਬੰਦਾ ਸਿਵਲ ਹਸਪੀਟਲ ਦੇ ਵਿੱਚ ਆਪਣੀ ਸ਼ੈਲਟਰ ਲੈਣ ਵਾਸਤੇ ਜਾਂਦਾ ਵੇ ਵੀ ਮੈਂ ਪਹਿਲਾਂ ਸਿਵਲ ਹਸਪੀਟਲ ਦੇ ਦਾਖਲ ਹੋ ਜਾਵਾਂ ਅਤੇ ਮੈਂ ਆਪਣੀ MLR ਕਢਾ ਲਵਾਂ ਲੇਕਿਨ ਸੱਚਾਈ ਉਹ ਤਾਂ ਸਾਹਮਣੇ ਆਏਗੀ ਜਦੋਂ ਇਨਵੈਸਟੀਗੇਸ਼ਨ ਹੋਏਗੀ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਸੱਚਾਈ ਸਾਹਮਣੇ ਆ ਜਾਏਗੀ ਪੁਲਿਸ ਕੰਪਲੇਂਟ ਕਰ ਦਿੱਤੀ ਗਈ ਹਾਂ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਗਈ ਹੈ ਇੱਥੇ IO ਭੱਟੀ ਸਾਹਿਬ ਪਹੁੰਚ ਗਏ ਨੇ DSP ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈ SHO ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈ CP ਸਾਹਿਬ ਨਾਲ ਮੈਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਫੋਨ ਨਹੀਂ ਚੁੱਕ ਰਹੇ CP ਸਾਹਿਬ ਵੀ ਜਦੋਂ ਕੰਟੈਕਟ ਮੇਰੇ ਆ ਗਏ ਕੰਟੈਕਟ ਦੇ ਵਿੱਚ ਪਤਾ ਲੱਗਾ ਕੁਝ ਟੁੱਟੇ ਵੈਪਨਾਂ ਦੇ ਪੀਸ ਵੀ ਲੱਭੇ ਨੇ ਕੁਝ ਬਾਈਕਾਂ ਦੀਆਂ ਚਾਬੀਆਂ ਵੀ ਲੱਭੀਆਂ ਹਾਂ ਬਾਈਕ ਦੀ ਚਾਬੀ ਜ਼ਰੂਰ ਮੇਰੇ ਸਾਹਮਣੇ ਇਹਨਾਂ ਨੇ ਮਹੱਲੇ ਨਿਵਾਸੀਆਂ ਨੇ ਪੁਲਿਸ ਦੇ ਹੈਂਡਓਵਰ ਦਿੱਤੀ ਹੈ ਅਤੇ ਜਿਹੜੇ ਹਾਂ ਜਿਹੜੇ ਕੋਈ ਗੋਲੀ ਚੱਲੀ ਹੈ ਉਹਦੇ ਖੋਲ ਵਗੈਰਾ ਉਹ ਹਲੇ ਤੱਕ ਇੱਥੇ ਬਰਾਮਦ ਨਹੀਂ ਹੋਏ ਲੇਕਿਨ ਪੁਲਿਸ ਇਸ ਗੱਲ ਦੀ ਤਫਤੀਸ਼ ਕਰ ਰਹੀ ਹੈ ਕੀ ਨਾਮ ਜੀ ਆਪਣਾ ਮਨਮੋਹਨ ਸਿੰਘ ਰਾਜੂ ਕੌਂਸਲਰ ਵਾਰਡ ਨੰਬਰ 16
ਜਿਹੜੀ ਇਹ ਆਪਣੇ ਇੱਥੇ ਝਗੜਾ ਹੋਇਆ ਇਹਨਾਂ ਦਾ ਆਂਢਣ ਗੁਆਂਢਣ ਜਨਾਨੀਆਂ ਦਾ ਪਹਿਲਾਂ ਦਿਨੇ ਵੀ ਹੋਇਆ ਸੀ ਇਹਨਾਂ ਦੋਨਾਂ ਪਾਰਟੀਆਂ ਠਾਣੇ ਆਈਆਂ ਸੀ ਇਹਨਾਂ ਨੂੰ ਲਿਖਤੀ ਟਾਈਮ ਦਿੱਤਾ ਸੀ ਸਵੇਰੇ 10 ਵਜੇ ਦਾ ਹੁਣ ਰਾਤ ਨੂੰ ਇਹ ਕੋਈ ਇਹਨੇ ਕਹਿੰਦੇ ਬਾਹਰੋਂ ਮੁੰਡੇ ਲਿਆ ਕੇ ਝਗੜਾ ਕੀਤਾ ਆ ਬਾਕੀ ਵੈਰੀਫਾਈ ਕਰ ਰਹੇ ਹਾਂ ਸਾਰਾ ਕੁਝ ਕਰਦੇ ਹਾਂ ਦੇਖਿਆ ਜਾਵੇ ਪੁਲਿਸ ਦੇ ਟਾਈਮ ਦੇਣ ਦੇ ਬਾਵਜੂਦ ਵੀ ਫਿਰ ਦੁਬਾਰਾ ਵਾਰਦਾਤ ਕੀਤੀ ਗਈ ਹਮਲਾ ਵੀ ਕੀਤਾ ਗਿਆ ਘਰ 'ਤੇ ਫਾਇਰ ਵੀ ਕੀਤੇ ਗਏ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਤੁਸੀਂ ਦੇਖੋ ਜਿਹੜਾ ਝਗੜਾ ਹੋਇਆ ਆ ਦੁਬਾਰਾ ਟਾਈਮ ਦੇਣ ਤੋਂ ਬਾਅਦ ਉਹ ਅਸੀਂ ਆ ਗਏ ਮੌਕੇ 'ਤੇ ਵੈਰੀਫਾਈ ਕਰ ਲੈਣੇ ਜੋ ਗੱਲ ਹੋਈ ਆ ਪਤਾ ਲੱਗਿਆ ਦੁਪਹਿਰੇ ਵੀ ਝਗੜਾ ਹੋਇਆ ਸੀਗਾ ਇੱਕ ਪਾਰਟੀ ਸੀ ਵੱਲੋਂ ਤਾਂ ਮਾਮੂਲੀ ਇਹਨਾਂ ਦਾ ਆਪਸ ਵਿੱਚ ਗਾਂਢਣਾ ਗੁਆਂਢਣ ਦਾ ਕਿਸੇ ਗੱਲ ਤੋਂ ਜਨਾਨੀਆਂ ਦਾ ਝਗੜਾ ਹੋਇਆ ਜਿੱਦਾਂ ਆਂਢ ਗੁਆਂਢ ਬਾਹਰ ਬੈਠਣ ਤੋਂ ਬਾਹਰ ਬੈਠਣ ਤੋਂ ਝਗੜਾ ਹੋਇਆ ਸੀਗਾ ਵੀ ਤੂੰ ਬਾਹਰ ਬੈਠਦੀ ਆ ਉਹ ਕਹਿੰਦੇ ਜਿੱਦਾਂ ਹੁੰਦਾ ਆਂਢ ਗੁਆਂਢ ਬਾਹਰ ਬੈਠਣ ਤੋਂ ਜਨਾਨੀ ਦਾ ਝਗੜਾ ਹੋਇਆ ਸੀ ਇਹਨਾਂ ਬੀਬੀਆਂ ਤੋਂ ਉਹਨਾਂ ਨੂੰ ਕਿਹਾ ਵੀ ਸਵੇਰੇ ਬੈਠ ਕੇ ਤੁਹਾਡੀ ਲਿਖਤੀ ਇਹਨਾਂ ਨੋਟ ਕਰਾਤਾ ਵੀ ਸਵੇਰੇ ਤੁਸੀਂ 10 ਵਜੇ ਆਇਓ ਕੋਈ ਸਿਆਣਾ ਬੰਦਾ ਨਾਲ ਲੈ ਕੇ ਤੁਹਾਡਾ ਬੈਠ ਕੇ ਗੱਲ ਸੁਣਾਂਗੇ ਅਤੇ ਕੀ ਕੋਈ CCTV ਸਾਹਮਣੇ ਆਈ ਨਹੀਂ ਉਹਦੇ ਵਿੱਚ ਤਾਂ ਸਾਨੂੰ ਇਹਨਾਂ ਨੇ ਜਿਹੜੀ ਦਿੱਤੀ ਸੀਗੀ ਆਪਣੇ ਕੰਪਲੇਂਟ ਹੀ ਦਿੱਤੀ ਆ ਕੰਪਲੇਂਟ ਦਿੱਤੀ ਕੰਪਲੇਂਟ ਦੇ ਮੁਤਾਬਕ ਇਹਨਾਂ ਨੂੰ 10 ਵਜੇ ਟਾਈਮ ਸਰ ਮੋਟਰਸਾਈਕਲ ਵਗੈਰਾ ਦੀ ਚਾਬੀਆਂ ਵੀ ਇੱਥੋਂ ਮਿਲੀਆਂ ਕੀ ਉਹ ਚਾਬੀ ਇਹਨਾਂ ਨੇ ਦਿੱਤੀ ਹੈ ਮੋਟਰਸਾਈਕਲ ਦੀ ਇੱਕ ਇਹ ਕਰ ਲੈਣੇ ਵੈਰੀਫਾਈ ਜਿਸ ਤਰ੍ਹਾਂ ਵੈਪਨ ਟੁੱਟੇ ਹੋਏ ਮਿਲੇ ਇਸ ਤਰ੍ਹਾਂ ਗੋਲੀ ਜਿਹੜੀ ਚੱਲੀ ਆ ਉਹਦਾ ਕੋਈ ਖੋਲ ਵਗੈਰਾ ਜਾਂ ਨਹੀਂ ਖੋਲ ਕੋਈ ਨਹੀਂ ਮਿਲਿਆ ਕੋਈ ਖੋਲ ਨਹੀਂ ਮਿਲਿਆ ਇਹਦੇ ਬਾਰੇ ਵੀ ਵੈਰੀਫਾਈ ਕਰ ਲੈਂਦੇ ਖੋਲ ਕੋਈ ਨਹੀਂ ਮਿਲਿਆ ਤੁਹਾਡੇ ਸਾਹਮਣੇ ਇੱਥੇ ਚੈੱਕ ਕਰ ਲਿਆ ਸਾਰੇ ਕਿਤੇ ਖੋਲ ਨਹੀਂ ਠੀਕ ਹੈ